ਸ੍ਰੀ ਅਕਾਲ ਜੀ ਸਾਰਿਆਂ ਨੂੰ, ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਅਤੇ ਟਾਈਮ ਹੋ ਗਿਆ ਜੀ ਸਵੇਰ ਦਾ, 7 ਵੱਜ ਗਏ ਨੇ, 7 ਵਜੇ ਥੋੜ੍ਹੇ ਜਿਹੇ ਮਿੰਟ ਬਾਕੀ ਨੇ। ਅਤੇ ਨਾਟਾ ਵੀ ਮਿਲਿਆ, ਉੱਧਰ ਮੱਝਾਂ ਵਾਲਾ ਕੰਮ ਨਿਬੜ ਗਿਆ ਜੀ। ਅਤੇ ਇੱਧਰ ਮੈਂ ਥੋੜ੍ਹੀ ਜਿਹੀ ਬਣਾ ਰਹੀ ਹਾਂ ਚਟਨੀ, ਅਤੇ ਕਿਉਂਕਿ ਸਬਜ਼ੀ ਘੱਟ ਹੈ, ਇੱਕ ਲੇਬਰ ਵਾਲਾ ਹੋਊਗਾ, ਆਪਾਂ ਚਟਨੀ ਚੁਟਣੀ ਨਾਲ ਖਾ ਲਾਂਗੇ। ਅਤੇ ਫਿਰ ਦੁਪਹਿਰੇ ਸਬਜ਼ੀ ਬਣਾਵਾਂਗੇ। ਜੇ ਮੈਂ ਹੁਣ ਸਬਜ਼ੀ ਬਣਾਉਣ ਬੈਠ ਗਈ ਮੈਨੂੰ ਲੇਟ ਹੋ ਜੂਗਾ। ਅੱਜ ਮੈਂ ਬਹੁਤ ਸਾਰੇ ਕੰਮ ਨੇ ਜਿਹੜੇ ਕਰਨੇ ਨੇ। 2 ਦਿਨਾਂ ਤੋਂ ਮੈਥੋਂ ਮਸ਼ੀਨ ਵੀ ਨਹੀਂ ਲੱਗੀ, ਮੈਂ ਕੱਪੜੇ ਧੋਣੇ ਨੇ। ਉਂਝ ਇੱਕ ਦਿਨ ਛੱਡ ਕੇ ਅਸੀਂ ਮਸ਼ੀਨ ਲਾਉਂਦੇ ਹਾਂ, ਰੋਜ਼ ਡੇਲੀ ਮਸ਼ੀਨ ਨਹੀਂ ਲਾਉਂਦੇ, ਇੱਕ ਦਿਨ ਛੱਡ ਦਿੰਦੇ ਹਾਂ ਮਸ਼ੀਨ ਲਾਉਣ ਨੂੰ। ਪਰ ਮੈਥੋਂ ਹੁਣ 2 ਦਿਨਾਂ ਤੋਂ ਮਸ਼ੀਨ ਨਹੀਂ ਲੱਗੀ, ਅਜੇ 3 ਦਿਨ ਚੱਲ ਗਿਆ, ਮੈਨੂੰ ਮਸ਼ੀਨ ਵੀ ਲਾਉਣੀ ਆ ਹੁਣ। ਪਤਾ ਹੁਣ ਨਾ ਸਾਡੇ ਮਿੱਟੀ ਘੱਟਾ ਇੰਨਾ ਜ਼ਿਆਦਾ ਹੈਗਾ, ਅਤੇ ਮਸ਼ੀਨ ਕੱਪੜੇ ਧੋਣ ਨੂੰ ਜੀ ਨਹੀਂ ਕਰਦਾ। ਉੱਧਰ ਬਾਥਰੂਮਾਂ ਜੇ ਤੁਸੀਂ ਦੇਖੋ, ਇੰਨਾ ਬੁਰਾ ਹਾਲ ਹੋਇਆ ਪਿਆ ਇੱਥੋਂ, ਪੈਰ ਸਾਰੇ ਵਿਹੜੇ 'ਚ ਮਿੱਟੀ ਹੈਗੀ, ਮਿੱਟੀ ਵਾਲੇ ਪੈਰ ਜਾਂਦੇ ਨੇ, ਅੱਗੇ ਗਿੱਲਾ ਹੁੰਦਾ ਉਹ 'ਤੇ ਪੈਰ ਚਿਰਗੜ ਚਿਰਗੜ ਹੋਈ ਪਈ ਆ। ਜਦੋਂ ਐਵੇਂ ਜਿਹਾ ਹੋ ਜਾਂਦਾ ਨਾ, ਉਦੋਂ ਮਨ 'ਚ ਕਈ ਵਾਰੀ ਨੈਗਟਿਵਿਟੀ ਜੀ ਫੈਲ ਜਾਂਦੀ ਹੈ। ਚਟਨੀ ਤੜਕ ਕੇ ਮੈਂ ਰਿਪਨ ਦਾ ਵਾਲ ਵਾਹ ਕੇ ਆਉਂਦੀ ਹਾਂ, ਆ ਕੇ ਫਿਰ ਰੋਟੀ ਬਣਾਉਂਗੀ। ਮਨਵੀਰ ਪਾਉਂਦੀ ਹੁੰਦੀ ਸੀ ਰਿਪਨ ਦਾ ਜੂੜਾ, ਗੁਰਲੀਨ ਦੇ ਵਾਲ, ਕਈ ਸਾਲਾਂ ਤੋਂ ਉਹੀ ਪਾਉਂਦੀ ਆ ਰਹੀ ਸੀ। ਹੁਣ ਮੈਂ ਇੱਧਰ ਚੁੱਲ੍ਹੇ ਦਾ ਕਰ ਲੈਂਦੀ ਸੀ ਕਈ ਸਾਲਾਂ ਤੋਂ, ਮਤਲਬ ਕਿ ਜਦੋਂ ਤੋਂ ਮੈਂ ਬੁਟੀਕ ਸ਼ੁਰੂ ਕਰਿਆ ਉਦੋਂ ਤੋਂ, 2021 ਉਸ ਤੋਂ ਪਹਿਲਾਂ ਮੈਂ ਵਾਲ ਹੁੰਦੀ ਸੀ, ਕਿਉਂਕਿ ਜੀ ਬੁਟੀਕ ਵਾਲਾ ਕੰਮ ਵੱਡਾ ਬਹੁਤ ਆ। ਫਿਰ ਮਨਵੀਰ ਨੇ ਮੇਰੇ ਨਾਲ ਬਹੁਤ ਜ਼ਿਆਦਾ ਹੈਲਪ ਕਰਵਾਈ, ਸ਼ਾਮ ਦਾ ਰੋਟੀ ਟੁੱਕ, ਸਵੇਰ ਦੇ ਸਿਰ ਬਾਹਣੇ, ਸਫਾਈਆਂ, ਡਸਟਿੰਗ ਕਰਨੀ, ਸਾਰਾ ਮੇਰੇ ਨਾਲ ਉਹਨੇ ਕੰਮ ਕਰਵਾਉਣਾ ਹੁੰਦਾ ਸੀ। ਤਾਂ ਕਰਕੇ ਨਾ ਮਨਵੀਰ ਨੂੰ ਹੁਣ ਉੱਥੇ ਜਾ ਕੇ ਕੋਈ ਉਹਨੂੰ ਔਖਾ ਨਹੀਂ ਲੱਗਦਾ, ਕਿਉਂਕਿ ਮੰਮੀ ਇੱਥੇ ਤਾਂ ਸਫਾਈਆਂ ਕਰਨੀਆਂ ਔਖੀਆਂ ਨਹੀਂ, ਆਪਣੇ ਪੰਜਾਬ ਵਾਂਗੂ ਨਹੀਂ ਹੈਗਾ ਵੀ ਆਪਾਂ ਮਿੱਟੀ ਘੱਟੇ ਨਾਲ ਘੁਲਾਂਗੇ, ਵੀ ਇੱਥੇ ਹੋਰ ਹਿਸਾਬ ਦੇ ਕੰਮ ਨੇ ਜਿਹੜੇ ਪੰਜਾਬ 'ਚ ਹੁੰਦੇ ਨੇ, ਉਹ ਹੋਰ ਹਿਸਾਬ ਦੇ ਕੰਮ ਹੁੰਦੇ ਨੇ, ਵੀ ਇੱਥੇ ਜ਼ੋਰ ਵਾਲੇ ਕੰਮ ਨੇ। ਫਿਰ ਵੀ ਵਿਚਾਰੀ ਦਾ ਹੁਣ ਅਸਾਈਨ ਅਸੂਨਮੈਂਟਾਂ ਮਿਲੀਆਂ ਹੋਈਆਂ ਨੇ, ਤਾਂ ਵੀ ਆਪਦਾ ਐਨ ਵਧੀਆ ਰੋਟੀ ਟੁੱਕ ਕਰਕੇ ਐਨ ਘਰ ਨੂੰ ਸਾਫ਼ ਕਲੀਨ ਰੱਖਦੀ ਹੈ। ਮੰਮੀ ਜਿਨ੍ਹਾਂ ਦਾ ਘਰ ਹੈ ਕਹਿੰਦੀ, ਉਹ ਕਹਿੰਦੇ ਨੇ ਕੁਛ ਮਰਜ਼ੀ ਬਣਾਓ, ਕਿੱਧਰ ਮਰਜ਼ੀ ਆਓ ਜਾਓ, ਹੈ ਨਾ, ਬਸ ਇੱਕੋ ਹੀ ਸਾਡੀ ਸ਼ਰਤ ਆ ਵੀ ਸਾਡੇ ਘਰ ਨੂੰ ਐਨ, ਉਹ ਕਹਿੰਦੇ ਵੀ ਸਾਡੇ ਘਰ ਨੂੰ ਵੀ ਇੱਕੋ ਹੀ ਸਾਡੀ ਸ਼ਰਤ ਆ, ਸਾਡੇ ਘਰ ਨੂੰ ਐਨ ਮੈਂਟੇਨ ਰੱਖਣਾ, ਬਿਲਕੁਲ ਨੀਟ ਐਂਡ ਕਲੀਨ ਰੱਖਣਾ। ਸਫਾਈਆਂ ਦੇ ਮਾਮਲੇ ਤਾਂ ਮਨਵੀਰ ਇੱਕ ਨੰਬਰ ਆ, ਉਹ ਨਹੀਂ ਰੱਖ ਸਕਦੀ ਹੈ ਕੂੜਾ ਕਪੜਾ ਜਿਹਾ, ਜੇ ਕੋਈ ਮਜਬੂਰੀ ਆ, ਹੈ ਨਾ, ਚਲੋ ਫਿਰ ਉਹ ਦੇਖੋ। ਕੱਲ੍ਹ ਹੀ ਤਾਂ ਹੁਣ ਫੋਨ 'ਤੇ ਵੀ ਗੱਲ ਘੱਟ ਹੋ ਰਹੀ ਹੈ, ਬਸ ਐਂ ਕਹਿ ਦਿੰਦੇ ਮੰਮੀ ਮੈਂ ਠੀਕ ਹਾਂ, ਹੱਥਾਂ ਤੜਕੇ 1-2 ਮਿੰਟ ਜੇ ਮੈਂ ਨਹੀਂ, ਮੈਂ ਵੀ ਬਿਜ਼ੀ ਹਾਂ, ਫਿਰ ਆਪਣੇ ਡੈਡੀ ਨਾਲ ਗੱਲ ਕਰ ਲੈਂਦੀ ਆ। ਕਮਰ ਦਰਦ ਹੋਈ ਜਾਂਦੀ, ਮਾੜਾ ਮੋਟਾ ਜੂੜਾ ਖੋਲ ਕੇ ਹਵਾ ਲਵਾ ਲਿਆ ਕਰ, ਉਹ ਹਵਾ ਨਹੀਂ ਲੱਗਦੀ ਸੀ ਉਹਨੂੰ, ਫਿਰ ਉੱਥੇ ਕਾਜ ਲੜਦੀ ਜੂੜੇ ਵਾਲੇ ਖਾਂ, ਤਾਂ ਉਹਨੂੰ ਹਵਾ ਲੱਗਣੀ ਜ਼ਰੂਰੀ ਹੈ ਕਿ ਤੇਰਾ ਜੂੜਾ ਐਡਾ ਹੁੰਦਾ। ਗੁਰਲੀਨ ਤਾਂ ਆਪਣੇ ਵਾਲ ਆਪੇ ਪਾ ਲੈਂਦੇ, ਟਾਈਮ ਤਾਂ ਲਾਉਂਦੀ ਆ ਉਹ, ਪਰ ਪਾ ਲੈਂਦੀ ਆ, ਇਹ ਤੋਂ ਨਹੀਂ ਬੈਠੀ ਪਾਉਂਦਾ ਜੂੜਾ। ਕੰਘਾ ਸੜਾ ਜਾ, ਇੱਥੇ ਹੈਗਾ ਕੰਘਾ, ਹੋਰ ਦੇਖਿਓ ਜਿਉਂ ਜਿਉਂ ਨਹੀਂ ਕੱਢਣੀਆਂ ਨੇ। ਪਿੱਛੇ ਨੂੰ 1-2 ਕਮੈਂਟ ਆਏ ਸੀ, ਤੁਸੀਂ ਰਿਪਨ ਦੇ ਮੀਡੀ ਨਾ ਕਰਿਆ ਕਰੋ, ਤਾਂ ਮੀਡੀ ਬੜਾ ਸਿਰ ਨਹੀਂ ਪਹੁੰਦਾ, ਕਿਉਂਕਿ ਮੈਂ ਤਕਲ ਕਰਨੀ ਆਉਂਦੀ, ਲੈ ਹੁਣ ਐਡਾ ਵੱਡਾ ਹੋ ਗਿਆ ਵੀ ਸਾਰੀ ਉਮਰ ਤੂੰ ਮੀਡੀਆਂ ਹੀ ਕਰੀ ਜਾਏਗਾ, ਵੀ ਮੈਂ ਹੀ ਤੇਰੇ ਬਾਲ ਵਾਹੀ ਜਾਊਂਗੀ ਮੀਡੀਆਂ ਕਰ ਕਰਕੇ।
15 ਸਾਲ ਦੇ ਹੋ ਜਾਣਗੇ ਇਹ ਅੱਗੇ ਨੂੰ ਵੀ ਮਹੀਨੇ ਨੂੰ ਹੋ ਗਏ ਤੇ ਅਰੇ ਪਰ ਤੂੰ ਕਦੇ ਨਹੀਂ ਆਉਂਦਾ ਆਯੂਸ ਕਾਰਡ ਪਾ ਕੇ ਗਿਆ ਤੁਸੀਂ ਰੋਜ਼ ਆਉਂਦਾ ਆਈ ਕਾਰਡ ਪਾ ਕੇ ਜਾਂਦੇ ਹੈ ਪਤਾ ਨਹੀਂ ਕਿਉਂ ਆਈ ਜਾਂਦਾ ਆਈ ਕਾਰਡ ਹੀ ਨਹੀਂ ਪਾਉਂਦਾ ਵੀ ਸਕੂਲਾਂ ਨੇ ਆਈ ਕਾਰਡ ਵਾਸਤੇ ਦਿੱਤੇ ਨੇ ਇਹਨੂੰ ਕੁਛ ਕਹਿੰਦਾ ਨਹੀਂ ਗੁੱਡੀ ਕੋਈ ਖੜਾ ਨਹੀਂ ਕਰਦਾ ਸਕੂਲ 'ਚ ਕੋਈ ਤਾਂ ਹੀ ਤਾਂ ਫਿਰ ਇਹ ਲੋਕ ਕਹਿੰਦੇ ਨੇ ਨਾ ਬਾਹਾਂ ਖੜਾ ਕੇ ਉੱਪਰ ਚੱਕ ਕੇ ਖੜੇ ਕਰੇ ਹੁਣ ਫਿਰ ਪਾਉਣ ਮੇਰੇ ਤਾਂ ਗੋਹਾ ਗੋਹਾ ਲੱਗਿਆ ਪਿਆ ਤੂੰ ਮੈਥੋਂ ਦੂਰ ਰਹਿ ਤੇਰੀ ਗੋਲੀ ਜ਼ਰੂਰਤ ਹੈ ਆ ਦੇਖਾ ਗੋਹਾ ਲੱਗ ਰਿਹਾ ਤੂੰ ਮੇਰੀ ਮੈਂ ਪਾਸਾ ਮਾਰ ਕੇ ਲਾ ਦਿੰਦੀਆਂ ਨੇ ਮਾੜਾ ਮੋਟਾ ਮੱਛਰ ਹੈਗਾ ਜੀ ਆਪਾਂ ਮੱਛਰਦਾਨੀ ਲਾ ਦਿੱਤੀ ਹੈ ਮਾੜਾ ਮੋਟਾ ਜਿਹਾ ਹੈਗਾ ਤੜਕੇ ਵੀ ਮੇਰੇ ਧਾਰ ਕੱਢਦੀ ਲੜਦਾ ਜੀ ਉਹ ਦਿਨ ਜਿਹਾ ਚੜ੍ਹਦਾ ਕਿ ਤੋਂ ਉਦੋਂ ਲੜਦਾ ਇੱਕ ਹੱਥ ਜੋ ਦਿਨ ਛਿਪਦਾ ਉਦੋਂ ਲੜਦਾ ਜਦੋਂ ਫਿਰ ਕੋਲ ਦੀ ਲੰਘਦਾ ਪੂਛ ਮਾਰ ਕੇ ਸਾਰਾ ਲਪੇਟ ਦਿੰਦੀਆਂ ਨੇ ਅਗਲੇ ਬੁੱਲੀ ਮਾੜਾ ਤੇਲ ਦੇ ਤੂੰ ਬੇਬੀ ਹੇਅਰ ਵਾਲੀ ਨਹੀਂ ਬਾਲੀ ਬਾਲੀ ਇਹਦੇ ਬਾਲ ਨੀ ਇਹ ਬਾਲ ਜੰਜਾਲ ਇਹਦੇ ਬੰਦੇ ਇੰਨੇ ਬਾਲ ਨਿਕਲ ਰਹੇ ਨੇ ਨਾ ਵਧੀਆ ਮਾੜੇ ਜਿਹੇ ਪਤਲੇ ਹੋ ਜਾਣਗੇ ਪੱਗ ਨਹੀਂ ਹੋ ਜਾਣਗੇ ਸਰੋਂ ਦਾ ਤੇਲ ਲਾ ਲਾ ਕੇ ਵਧਾਈ ਹੋਈ ਸੀ ਲਓ ਜੀ ਰੋਟੀ ਮੈਂ ਬਣਾ ਦਿੱਤੀ ਹੈ ਬੱਚੇ ਸਕੂਲ ਚਲੇ ਗਏ ਨੇ ਅਤੇ ਲੁੱਕ ਪਾਉਣ ਵਾਲੇ ਆ ਗਏ ਨੇ ਅਤੇ ਉਹਨਾਂ ਨੂੰ ਮੈਂ ਪੁੱਛਦੀ ਹਾਂ ਵੀ ਚਾਹ ਪਹਿਲਾਂ ਉਹਨਾਂ ਨੂੰ ਬਣਾ ਕੇ ਦੇਵਾਂ ਕਰ ਲੇਬਰ ਦੇ ਨਾਲ ਹੀ ਪੀਣਗੇ ਬਾਕੀ ਜਦੋਂ ਹੋਰ ਆ ਗਏ ਨਾ ਮਿਸਤਰੀ ਆਉਣਗੇ ਦਿਹਾੜੀ ਆਉਣਗੇ ਹੁਣ ਲੇਬਰ ਜ਼ਿਆਦਾ ਹੁੰਦੀ ਹੈ ਜੀ ਇੱਕ ਤਾਂ ਮਿਸਤਰੀ ਦੇ ਨਾਲ 4-5 ਜਾਣੇ ਹੁੰਦੇ ਨੇ ਅਤੇ 3 ਜਾਣੇ ਆਪਾਂ ਐਕਸਟਰਾ ਲਾਏ ਹੋਏ ਨੇ ਆਪਣੀ ਰੋਲੀ ਰੂੜੀ ਕੁੱਟਦੇ ਨੇ ਜਿਵੇਂ ਕੱਲ੍ਹ 2 ਜਾਣੇ ਹੈਗੇ ਸੀ ਜਿਹੜੇ ਆਪਣੇ ਉਹ ਕਰ ਰਹੇ ਸੀਗੇ ਪੇਂਟ ਕਰ ਰਹੇ ਸੀ ਅੱਜ 2 ਜਾਣੇ ਲੁੱਕ ਵਾਲੇ ਨੇ 13-14 ਜਾਣੇ ਹੋ ਜਾਂਦੇ ਨੇ ਅਤੇ 3-4 ਜਾਣੇ ਅਸੀਂ ਹੋ ਜਾਂਦੇ ਹਾਂ ਇਸ ਤਰ੍ਹਾਂ ਕਰਕੇ ਪਤਾ ਮੈਨੂੰ ਟਾਈਮ ਲੱਗ ਗਿਆ ਮੈਂ ਨਾ ਇੰਸਟਾਗ੍ਰਾਮ 'ਤੇ ਰੀਲ ਅਪਲੋਡ ਕਰਨੀ ਸੀ ਮੈਂ ਲੱਭ ਰਹੀ ਸੀ ਮੈਨੂੰ ਗਾਣਾ ਕੋਈ ਵਧੀਆ ਮਿਲ ਜੇ ਕੋਈ ਗੀਤ ਕੋਈ ਵਧੀਆ ਮਿਲ ਜੇ ਮੈਨੂੰ ਕੋਈ ਗੀਤ ਨਹੀਂ ਮਿਲਿਆ ਮੈਂ ਸਾਂ ਲੱਭਿਆ ਗੀਤ ਹਰਜੀਤ ਹਰਮਨ ਦਾ ਕੱਢ ਕੇ ਮੈਨੂੰ 8-10 ਮਿੰਟ ਲੱਗ ਗਏ ਇਹ ਕੰਮ ਕਰਦੀ ਭਾਈ ਪੰਜਾਬੀ ਕੋਰਨਰ ਦੀ ਵੀਡੀਓ ਪਾਉਣੀ ਆ ਗੱਲ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਵੀਡੀਓ ਅਪਲੋਡ ਕਰੂੰਗੀ ਉਡੀਕ ਕਰਦੇ ਨਹੀਂ ਫਿਰ ਕਾਫੀ ਚਲੋ ਜਾਂ ਮੈਂ ਰੋਟੀਆਂ ਪਾਇਆ ਨਾ ਔਰ ਫਿਰ ਸੋਈ ਸਾਫ ਕਰ ਅਜੇ ਮਨਵੀਰ ਨਾਲ ਵੀ ਨਹੀਂ ਅਜੇ ਗੱਲ ਹੋਈ ਉਹ ਨਾਲ ਵੀ ਕੁੜੀ ਨਾਲ ਗੱਲ ਕਰਨੀ ਅਸਾਈਨਮੈਂਟਾਂ 'ਤੇ ਬੈਠੀ ਆ ਤਾਂ ਚੱਲ ਕਹਿੰਦੀ ਮੰਮਾ ਪ੍ਰਭ ਨੂੰ ਕਹਿੰਦੀ ਕਹਿੰਦੀ ਸੀ ਵੀ ਬਾਹਰਲੀ ਪੜ੍ਹਾਈ ਬਹੁਤ ਜ਼ਿਆਦਾ ਸੌਖੀ ਆ ਅਸਾਈਨਮੈਂਟਾਂ ਬਹੁਤ ਔਖੀਆਂ ਨੇ ਪਤਾ ਜੀ ਮਨਵੀਰ ਕੋਲ ਹੈਗਾ ਮੈਡੀਕਲ ਅਤੇ ਜਿਹੜੀ ਮੈਡੀਕਲ ਦੀ ਪੜ੍ਹਾਈ ਹੁੰਦੀ ਆ ਤੁਹਾਨੂੰ ਪਤਾ ਚਾਹੇ ਆਪਾਂ ਇੰਡੀਆ 'ਚ ਕਰੀਏ ਚਾਹੇ ਬਾਹਰ ਹੀ ਕਿਤੇ ਕਰੀਏ ਸਾਰੇ ਕਿਤੇ ਔਖੀ ਹੁੰਦੀ ਹੈ ਬਸ ਬਾਹਰੇ ਇੰਨਾ ਕਹਿ ਵੀ ਸਾਰਾ ਕੰਮ ਜਿਹੜਾ ਕੰਪਿਊਟਰ 'ਤੇ ਕਰਕੇ ਲੈਪਟਾਪ 'ਤੇ ਕਰਨਾ ਹੁੰਦਾ ਅਤੇ ਆਪਣੇ ਇੰਡੀਆ ਵਿੱਚ ਜ਼ਿਆਦਾ ਕੰਮ ਮੈਂ ਲਿਖਤੀ ਹੁੰਦਾ ਹੈਗਾ
ਇੰਨਾ ਕੁ ਫਰਕ ਹੈ। ਪਤਾ ਮੈਂ ਮਨਵੀਰ ਨੂੰ ਕੀ ਕਿਹਾ, ਮੈਂ ਮਨਵੀਰ ਪਤਾ ਲਿਖਾਈ ਸੁਣਿਆ ਸੁਣ ਕਰੀ ਕਹਿੰਦੀ ਮੰਮਾ ਮੇਰੀ ਲਿਖਾਈ ਨਹੀਂ ਕਰਨੀ ਪੈਂਦੀ, ਕਹਿੰਦੀ ਸਾਰਾ ਕੁਛ ਸਹੀ ਸਹੀ ਬਣੂਗਾ। ਮੈਂ ਤੂੰ ਤਾਂ ਲਿਖਣਾ ਭੁੱਲ ਜਾਏਗੀ, ਕਹਿੰਦੀ ਆ ਕਿਉਂ ਭੁੱਲ ਜਾਊਗੀ। ਮੈਂ ਤਾਂ ਹੈਰਾਨ ਹੋ ਗਈ, ਕਹਿੰਦੀ ਲਿਖਣਾ ਹੀ ਨਹੀਂ ਪੈਂਦਾ ਇੱਥੇ ਮਾੜਾ ਮੋਟਾ, ਕਹਿੰਦੀ ਕਾਲਜ 'ਚ ਲਿਖਾਉਂਦੇ ਨੇ, ਨਹੀਂ ਸਾਰਾ ਕੰਮ ਕੰਪਿਊਟਰ ਵਾਲਾ ਹੀ ਹੈ। ਮਨਵੀਰ ਕੋਲ ਉਹ ਨਹੀਂ ਹੈਗਾ ਸੀਗਾ ਡਾਕਟਰ, ਅਤੇ ਮੈਂ ਕਹਿੰਦਾ ਸੀ ਡਾਕਟਰ ਮੈਂ ਕਿਹਾ ਆਪਣਾ ਲੈ ਗਈ ਨਾਲ, ਅਤੇ ਸੱਚ ਇੱਕ ਗੱਲ ਹੋਰ ਵੀ ਆ, ਸਾਰੇ ਕੁਛ ਰਹਿੰਦੇ ਮੈਂ ਦਿੱਤਿਆ, ਮੈਂ ਕਹਿੰਦੀ ਉੱਥੇ ਫਰੈਂਡਸ ਚੱਲੀਆਂ ਗਈਆਂ ਜੀ, ਮੈਂ ਉਹਨਾਂ ਦੇ ਕੋਲ ਚਲੀ ਗਈ, ਉਹਨਾਂ ਦੇ ਪਿੰਡ ਦੀਆਂ ਕੁੜੀਆਂ ਨੇ ਜਿਹੜੀ ਉਹਦੇ ਨਾਲ ਪੜ੍ਹੀਆਂ ਨੇ, ਪਤਾ ਨਹੀਂ ਪਿੰਡ ਦੀਆਂ ਨੇ ਪਤਾ ਨਹੀਂ ਬਾਹਰ ਦੀਆਂ ਨੇ, ਉਹਦੇ ਨਾਲ ਪੜ੍ਹੀਆਂ ਨੇ, ਉਹ ਉਹਨਾਂ ਦੇ ਕੋਲ ਰਹਿਣ ਚਲੀ ਗਈਆਂ, ਕਹਿੰਦੀ ਫਿਰ ਉੱਥੇ ਵੱਧ ਜੀ ਲੱਗੂਗਾ, ਇੱਥੇ ਮੇਰਾ ਜੀ ਘੱਟ ਲੱਗਦਾ। ਚਲੋ ਉਹ ਥੋੜ੍ਹੀ ਜਿਹੀ ਦੂਰ ਹੈ ਮਨਦੀਪ ਤੋਂ, ਉੱਥੇ ਚਲੀ ਗਈ। ਅਤੇ ਜਦੋਂ ਮਨਵੀਰ ਕੋਲ ਡਾਕਟਰ ਨਹੀਂ ਹੈਗਾ ਸੀ, ਹੈ ਨਾ, ਜਿੰਨੇ ਵੀ ਮੈਨੂੰ ਐਡਮਿੰਟਨ ਤੋਂ ਦੇਖਦੇ ਨੇ, ਕਾਫੀ ਮੇਰੇ ਕਸਟਮਰ ਵੀ ਬਣੇ ਹੋਏ ਨੇ ਐਡਮਿੰਟਨ ਤੋਂ, ਇਹ ਸਾਰਿਆਂ ਨੇ ਜਦੋਂ ਪਤਾ ਲੱਗ ਗਿਆ ਸੀ ਮਨਵੀਰ ਐਡਮਿੰਟਨ ਆਈ ਹੈ, ਮੈਨੂੰ ਬਹੁਤ ਸਾਰੇ ਮੈਸੇਜ ਆਏ ਸੀ ਵੀ ਜੇ ਹੈ ਨਾ ਮਨਵੀਰ ਨੂੰ ਕੋਈ ਵੀ ਲੋੜ ਆ ਸਾਡਾ ਨੰਬਰ ਸੈਂਡ ਕਰਕੇ ਰੱਖਿਓ ਵੀ ਅਸੀਂ ਹੈਲਪ ਕਰਾਂਗੇ। ਜਦੋਂ ਫਿਰ ਅਡਾਪਟਰ ਦੀ ਲੋੜ ਪੈ ਗਈ, ਮਨਵੀਰ ਕਹਿੰਦੀ ਮੰਮੀ ਮੇਰਾ ਸਾਰਾ ਕੰਮ ਰੁਕ ਗਿਆ ਅਡਾਪਟਰ ਬਣਾ, ਹੁਣ ਮੈਂ ਕੀ ਕਰਾਂ। ਫਿਰ ਮੈਂ ਇੱਕ ਦੀਦੀ ਨੂੰ ਮੈਸੇਜ ਫੋਨ ਕਰਿਆ, ਮੈਂ ਦੀਦੀ ਐਂ ਕਰਕੇ ਮਨਵੀਰ ਨੂੰ ਅਡਾਪਟਰ ਦੀ ਲੋੜ ਹੈ, ਤੁਸੀਂ ਯਕੀਨ ਮੰਨਿਓ ਜੀ 2-3 ਘੰਟਿਆਂ ਦੇ ਅੰਦਰ ਅੰਦਰ ਦੀਦੀ ਜਾ ਕੇ ਅਡਾਪਟਰ ਦੇ ਆਏ, ਥੋੜ੍ਹੀ ਜਿਹੀ ਦੂਰ ਸੀ। ਅਤੇ ਮੰਮੀ ਕਹਿੰਦੀ ਮਨਵੀਰ ਨੇ ਦੱਸਿਆ ਮੈਨੂੰ, ਕਹਿੰਦੀ ਨੇ ਮੰਮਾ ਵੀ ਮੈਨੂੰ ਚੋਕਲੇਟ ਦੇ ਕੇ ਗਏ, ਨਿੰਨੇ ਮੈਨੂੰ ਡਾਕਟਰ ਦੇ ਕੇ ਗਏ ਨੇ, ਅਤੇ ਸਾਰਿਆਂ ਦਾ ਧੰਨਵਾਦ ਜੀ, ਤੁਸੀਂ ਇੰਨਾ ਪਿਆਰ ਕਰਦੇ ਹੋ ਨਾ। ਡੇਲੀ ਦਾ ਮੈਨੂੰ ਵਟਸਐਪ 'ਤੇ ਮੈਸੇਜ ਆ ਜਾਂਦਾ ਵੀ ਅਸੀਂ ਐਡਮਿੰਟਨ ਦੇ ਐਡਮਿੰਟਨ 'ਚ ਆ, ਜੇ ਮਨਵੀਰ ਨੂੰ ਕੋਈ ਵੀ ਲੋੜ ਹੋਈ, ਕੋਈ ਗੱਲ ਨਹੀਂ, ਜੇ ਮਨਵੀਰ ਨੂੰ ਹੈਲਪ ਦੀ ਲੋੜ ਹੋਈ ਤੁਹਾਡੀ ਜ਼ਰੂਰ ਹੈਲਪ ਲਵਾਂਗੇ, ਧੰਨਵਾਦ। ਅਤੇ ਉਹ ਸਤਵੀਰ ਬਰਾੜ ਦੀਦੀ ਦਾ ਵੀ ਧੰਨਵਾਦ, ਅਤੇ ਆ ਕੇ ਮਨਵੀਰ ਨੇ ਦੱਸਿਆ ਕਹਿੰਦੀ ਮੰਮੀ ਬਹੁਤ ਵਧੀਆ ਲੱਗਿਆ ਮੈਨੂੰ ਆਂਟੀ ਨੂੰ ਮਿਲ ਕੇ, ਕਹਿੰਦੀ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਜਲਦੀ ਬੁਲਾਊਂਗੀ ਵੀਕਐਂਡ 'ਤੇ। ਅਤੇ ਇੱਥੇ ਹੈ ਨਾ ਜੀ ਬਾਹਰਲੇ ਜਿਹੜੇ ਆਪਣੇ ਵੀ ਕਿਤੇ ਵੀ ਆਪਾਂ ਜਾਈਏ, ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਹੈ ਨਾ, ਆਪਣਾ ਭੈਣ ਭਾਈ ਵੀ ਕੰਮ ਆਉਂਦਾ ਹੁੰਦਾ, ਅਸੀਂ ਵੀ ਪਰੇਸ਼ਾਨ ਹੋ ਗਏ ਸੀ ਵੀ ਹੁਣ ਡਾਕਟਰ ਵੱਲੋਂ ਕੀ ਕਰਾਂਗੇ, ਜਿਹੜਾ ਉੱਥੋਂ ਵਾਲਾ ਸੀ ਉਹ ਮਿਲ ਨਹੀਂ ਰਿਹਾ ਸੀ ਕੋਈ ਕੁਛ ਵੀ। ਅਤੇ ਫਿਰ ਚਲੋ ਸਰ ਗਿਆ, ਫਿਰ ਉਹ ਜਾ ਕੇ ਦੀਦੀ ਦੇ ਆਏ।
ਲਓ ਜੀ ਪੈਡ ਖੁੱਲ ਰਹੇ ਨੇ ਤੇ ਇੱਧਰ ਆਪਾਂ ਹੋ ਜੀ ਉਹ ਕਿੱਡੀ ਕੁ ਪੱਲੀ ਆਹ ਤਰਪਾਲ ਪਈ ਇੱਕ ਤਾਂ ਉਧਰ ਹੀ ਨੇ ਪੱਲੀਆਂ ਸਾਰੀਆਂ ਬਰਾਂਡੇ 'ਚ ਦੇਖ ਲਓ ਦੋ ਉੱਥੇ ਨੇ ਉਹ ਤੁਸੀਂ ਹਾਂ ਤੁਸੀਂ ਰੱਸੀਆਂ ਨਾ ਬੰਨੋਗੇ ਪੱਲੀ ਖਰਾਬ ਹੋ ਜਾਂਦੀ ਇਹ ਲਿਆਂਦੀ ਹੈ ਪੱਠੇ ਤੋਂ ਰੇਤਾ ਜਿਹਾ ਲਿਆਂਦਾ ਗਾ ਉੱਪਰ ਪਾਉਣਾ ਇਹ ਅੱਜ ਫਿਰ ਰਸੋਈ 'ਚ ਖਿਲਾਰਾ ਜਿਹਾ ਪਊਗਾ ਪਲਸਤਰ ਕਰੋਗੇ ਅੰਦਰੋਂ ਇਹ ਅੱਛਾ ਉਸ ਦਿਨ ਫਿਰ ਤਾਂ ਆਪ ਹੀ ਉਸ ਦਿਨ ਹੀ ਕਰਦੇ ਜਿਹੜਾ ਇੰਨਾ ਕੁ ਜਾਓ ਤੁਸੀਂ ਨਾ ਆਓ ਲਓ ਜੀ ਚਾਹ ਆਪਣੀ ਉਬਲ ਗਈ ਹੈ ਦੁੱਧ ਪਾ ਦਈਏ ਦੁੱਧ ਲਓ ਜੀ ਆਪਾਂ ਆ ਗਏ ਕੋਠੇ ਦੇ ਉੱਪਰ ਆ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਲੁੱਕ ਹੈ ਜਿਹੜੀ ਕਿਸ ਤਰ੍ਹਾਂ ਪਾਈ ਜਾਂਦੀ ਹੈ ਅਤੇ ਆਪਣੇ ਲੁੱਕ ਪਾਉਣ ਵਾਲੇ ਲੱਗੇ ਹੋਏ ਨੇ ਅਤੇ ਜਿਹੜੀ ਮੈਂ ਤੁਹਾਨੂੰ ਮਿੱਟੀ ਦਿਖਾ ਰਹੀ ਹਾਂ ਹੈ ਨਾ ਉਹ ਇਹਦੇ ਵਿੱਚ ਸਿੱਟੀ ਜਾ ਰਹੀ ਹੈ ਜੀ ਅਤੇ ਇਹ ਆਪਣਾ ਜਿਹੜਾ ਬੁਟੀਕ ਵਾਲਾ ਰੂਮ ਹੈ ਹੇਠਾਂ ਪਤਾ ਕੀ ਗੱਲ ਹੈ ਜੀ ਅਸੀਂ ਪਹਿਲਾਂ ਬੁਟੀਕ ਆਪਣੇ ਨੀਵੇਂ ਵਿਹੜੇ 'ਚੋਂ ਦੇਖੀ ਗਏ ਉਦੋਂ ਸਾਨੂੰ ਲੱਗਿਆ ਵੀ ਠੀਕ ਹੈ ਬਾਅਦ ਸਾਨੂੰ ਵਹਿਮ ਹੋ ਗਿਆ ਵੀ ਨਹੀਂ ਇਹ ਤਾਂ ਕੋਠੀ ਨੀਵੀਂ ਰਹਿ ਜੂਗੀ ਅਸੀਂ ਫਿਰ ਜਿਹੜੇ ਇੱਧਰ ਵਾਲਾ ਜੀ ਨਵਾਂ ਘਰ ਹੈ ਸਾਰਾ ਇੱਕ ਫੁੱਟ ਅਸੀਂ ਹੋਰ ਚੁੱਕ ਦਿੱਤਾ ਅਤੇ ਫਿਰ ਇਸ ਕਰਕੇ ਇਹ ਇੱਥੋਂ ਨੀਮ ਹੈਗਾ ਇਹ ਕਮਰਾ ਇਹਦੇ ਵਿੱਚ ਫਿਰ ਆਪਾਂ ਮਿੱਟੀ ਪਾਵਾਂਗੇ ਜਿਹੜੀ ਪੱਠੇ ਤੋਂ ਲਿਆਂਦੀ ਹੈ ਇਹ ਦੇਖੋ ਇਹ ਇਹਦੀ ਚੰਗੀ ਤਰ੍ਹਾਂ ਇਹਦੇ ਨਾਲ ਮਸ਼ੀਨ ਦੇ ਨਾਲ ਸਾਫ਼ ਕੀਤਾ ਜਾਂਦਾ ਇੱਕ ਵਾਰੀ ਆਪਾਂ ਮਾਂਜੇ ਦੇ ਨਾਲ ਚੰਗੀ ਤਰ੍ਹਾਂ ਰੰਗੜ ਕੇ ਸੰਭਰ ਲਿਆ ਸੀ ਜੀ ਦੁਬਾਰਾ ਇਹ ਚੰਗੀ ਤਰ੍ਹਾਂ ਹੁਣ ਇਹਨਾਂ ਕੋਲ ਮਸ਼ੀਨ ਹੈ ਇਹਦੇ ਨਾਲ ਸਾਰਾ ਮਿੱਟੀ ਘੱਟਾ ਜਿਹੜਾ ਉੱਡ ਜੂਗਾ ਸਾਫ਼ ਹੋ ਜੂ ਬਿਲਕੁਲ ਜਿਸ ਤਰ੍ਹਾਂ ਧੋਤਾ ਹੁੰਦਾ ਅਤੇ ਬਸ ਫਿਰ ਇਹਦੇ ਉੱਪਰ ਆ ਜਿਹੜੀ ਲੁੱਕ ਪਾਈ ਜਾਊਗੀ ਅਤੇ ਕਾਫ਼ੀ ਕਹਿੰਦੇ ਨੇ ਵੀ ਲੁੱਕ ਦਾ ਕੋਈ ਫਾਇਦਾ ਨਹੀਂ ਜੀ ਲੁੱਕ ਸਾਡੇ ਪੁਰਾਣੇ ਘਰ 'ਤੇ ਹੀ ਪਾਈ ਹੋਈ ਸੀ ਜਿਹੜਾ ਸਾਡਾ ਪੇਕਿਆਂ ਵਾਲਾ ਘਰ ਹੈ ਉਹ ਵੀ ਪਿਆ ਸੀ ਜੀ 96-97 'ਚ ਪਾਇਆ ਸੀ ਅਸੀਂ ਘਰ ਉਹਦੇ ਉੱਪਰ ਵੀ ਸਾਡੇ ਪਾਪਾ ਨੇ ਛੱਤ 'ਤੇ ਲੁੱਕ ਪਵਾਈ ਸੀ ਕਦੇ ਕੋਈ ਸਲਾਹ ਵਾਲੀ ਪਰੇਸ਼ਾਨੀ ਨਹੀਂ ਆਈ ਹੈਗੀ ਉਰੇ ਵੀ ਸਾਡੇ ਲੁੱਕ ਪਾਈ ਹੋਈ ਸੀ ਮਾਸਟਰ ਜੀ ਕਹਿੰਦੇ ਨਹੀਂ ਮੈਂ ਤਾਂ ਵੀ ਲੁੱਕ ਪਵਾਊਂਗਾ ਵੀ ਸਕੂਲਾਂ 'ਚ ਵੀ ਲੁੱਕ ਪੈਂਦੀ ਹੈ ਇਹਦੇ ਨਾਲ ਕੰਮ ਪੱਕਾ ਹੋ ਜਾਂਦਾ ਵਾਟਰਪਰੂਫ ਵਰਗਾ ਹੀ ਕੰਮ ਹੈ ਜੇ ਤੁਸੀਂ ਵਾਟਰਪਰੂਫਿੰਗ ਨਹੀਂ ਕਰਵਾਉਣੀ ਲੁੱਕ ਪਵਾ ਸਕਦੇ ਹੋ ਜੇ ਲੁੱਕ ਨਹੀਂ ਪਵਾਉਣੀ ਤਾਂ ਵਾਟਰਪਰੂਫਿੰਗ ਕਰਵਾ ਸਕਦੇ ਹੋ ਦੋਨਾਂ ਦੀ ਸੇਮ ਗੱਲ ਹੈ ਲਓ ਜੀ ਆਪਾਂ ਲੁੱਕ ਜਦੋਂ ਪਾਉਣਗੇ ਤੁਹਾਨੂੰ ਦਿਖਾ ਦਾਂਗੇ ਅਤੇ ਇੱਧਰੇ ਮੈਂ ਤੁਹਾਨੂੰ ਇਹ ਵੀ ਦੱਸ ਦਿੱਤਾ ਜੀ ਇਹ ਪੱਠੇ ਵਾਲਾ ਸ਼ੋਰਾ ਜਿਹੜਾ ਆਪਣਾ ਰੂਮ ਨਹੀਂ ਮਹਿੰਗਾ ਇੱਥੇ 'ਚ ਲਿਆਂਦਾ ਕਿਉਂਕਿ ਇਹ ਮਿੱਟੀ ਦੇ ਨਾਲੋਂ ਹੌਲਾ ਹੁੰਦਾ ਹੈਗਾ ਫਰਕ ਹੈ ਜੀ ਅਤੇ ਅਸੀਂ ਵਜ਼ਨ ਕਰਕੇ ਦੇਖਿਆ ਸੀ ਅਤੇ ਉਨਾ ਸੇਮ ਹੋਇਆ ਸੀ 1 ਕਿਲੋ 50 ਗ੍ਰਾਮ ਅਤੇ ਜਿਹੜੀ ਮਿੱਟੀ ਹੋਈ ਸੀਗੀ 1250 ਗ੍ਰਾਮ ਇੰਨਾ ਜ਼ਿਆਦਾ ਫਰਕ ਹੈ 200 ਗ੍ਰਾਮ ਦਾ ਫਰਕ ਸੀਗਾ ਕਿਲੋ ਵਾਂਗਰ ਇਹ ਤੁਹਾਨੂੰ ਦਿਖਾਇਆ ਜਾ ਰਿਹਾ ਜੀ ਆਲੇ ਦੁਆਲੇ ਦਾ ਵਿਊ ਅਤੇ ਦਿਨ ਬਹੁਤ ਸੋਹਣਾ ਚੜਿਆ ਹੋਇਆ ਧੁੱਪ ਲੱਗੀ ਹੋਈ ਹੈ ਅੱਜ ਵੀ ਥੋੜ੍ਹਾ ਠੀਕ ਹੈ ਮੌਸਮ ਕਦੇ ਕਦੇ ਗਰਮੀ ਹੋ ਜਾਂਦੀ ਕਦੇ ਹਵਾ ਚੱਲ ਪੈਂਦੀ ਹੈ ਮੌਸਮ ਬਦਲਦਾ ਰਹਿੰਦਾ ਚਲੋ ਜੀ ਆਪਾਂ ਚੱਲਦੇ ਹਾਂ ਥੱਲੇ ਹੁਣ ਇਹ ਜਿਹੜਾ ਆ ਛੱਡ ਜਾਂਦਾ ਹੁਣ ਗੱਤਾ ਫਿਰ ਇਹਦਾ ਜਿਹੜੀ ਆ ਜਗ੍ਹਾ ਖਾਲੀ ਰਹਿੰਦੀ ਆ ਇੱਕ ਮਿੰਟ ਖੜਿਆ ਰੇਤਾ ਨਾ ਪਾਈ ਫਿਰ ਇਹਦਾ ਕਿਵੇਂ ਕਰੇਗਾ ਫਿਰ ਪਾਓ ਨਾ ਰੇਤਾ ਨਾ ਨਾ ਪਾਓ ਪਹਿਲਾਂ ਨਹੀਂ ਮੈਂ ਕਹਿਣਾ ਵੀ ਮੌਕੇ ਦੀ ਭਰਦੇ ਆ ਉਹ ਤਾਂ ਹੈ
ਨਹੀਂ ਉਹ ਵੱਧ ਘੱਟ ਦੀ ਗੱਲ ਨਹੀਂ ਕਰਦਾ ਹੈਗਾ, ਮੈਂ ਤਾਂ ਇਹ ਕਹਿਣਾ ਵੀ ਸਾਰਾ ਟੱਕਿਆ ਜਾਵੇ ਕਿਹੜਾ ਉਹਦੇ ਫੱਟੀ ਨਾਲ ਨਹੀਂ ਆਉਂਦੀ, ਜਿਹੜੇ ਖੰਡਾ ਹੋਊਗਾ ਉਹ ਹੀ ਆਉਂਦਾ। ਗੱਲ ਤਾਂ ਇਹ ਕਰਦਾ ਨਾ ਵੀ ਜਿਵੇਂ ਹੁਣ ਆਹ ਕਿਹੜਾ ਰਹਿ ਜਾਂਦਾ ਜਾਂ ਇਹਨੂੰ ਗਰਮ ਜ਼ਿਆਦਾ ਕਰ ਲਓ ਹੋਰ ਜਾਂ ਫਿਰ ਲੰਬਾ ਘੱਟ ਖਿੱਚੋ ਮਾੜਾ ਜਿਹਾ। ਖਿੱਚਣ ਦੀ ਗੱਲ ਆਪਾਂ ਲੁੱਕ ਪਵਾਈਆ ਵੀ ਮਾੜਾ ਮੋਟਾ ਫਾਇਦਾ ਤਾਂ ਹੋਵੇ ਆਪਣਾ। ਆਊ ਤਾਂ ਮੈਨੂੰ ਤਾਂ ਲੱਗਦਾ ਫੱਟੇ ਨਾਲ ਹੀ ਆ ਡੋਲ ਕੇ ਵੀ ਫਿਰ ਪਾੜ ਜਾਂਦਾ ਤੇ ਘੰਟੇ ਬਾਅਦ ਦੇਖਿਓ ਤੁਸੀਂ ਲਓ ਜੀ ਆਪਾਂ ਰੱਖ ਦਿੱਤੀ ਹੈ ਚਾਹ ਅਤੇ ਚਮਚਿਆਂ ਨਾਲ ਚੀਨੀ ਨਹੀਂ ਠੀਕ ਆਉਂਦੀ ਕਿਉਂਕਿ ਜੇ ਜਿਹੜੇ ਲੀਵਰ ਵਾਲੇ ਹੁੰਦੇ ਨੇ ਮਿੱਠਾ ਜ਼ਿਆਦਾ ਪੀਂਦੇ ਨੇ, ਬਾਕੀ ਚਾਹ ਵੀ 15-16 ਦੀ ਬਣੂੰਗੀ। ਅਤੇ ਚਲੋ ਠੀਕ ਹੈ ਜੀ ਆਪਾਂ ਅੱਜ ਵਾਲੀ ਵਲੋਗ ਦਾ ਐਂਡ ਇੱਥੇ ਕਰਦੇ ਹਾਂ। ਅਤੇ ਅੱਜ ਵਾਲੇ ਵਲੋਗ ਵਿੱਚ ਤੁਹਾਨੂੰ ਦਿਖਾਇਆ ਵੀ ਲੁੱਕ ਹੈ ਜਿਹੜੀ ਕਿਸ ਤਰ੍ਹਾਂ ਪਾਈ ਜਾਂਦੀ ਹੈ, ਦੂਜਾ ਦੱਸਿਆ ਜੀ ਆਪਾਂ ਵੀ ਜਿਹੜਾ ਨੀਵਾਂ ਥਾਂ ਰਹਿ ਗਿਆ ਜਿੱਥੇ ਭੱਠੇ ਵਾਲਾ ਉਹ ਛੋਰਾ ਜਿਹਾ ਪਾਇਆ, ਅਤੇ ਉਹਦਾ ਵੀ ਤੁਹਾਨੂੰ ਦੱਸਿਆ ਵੀ ਮਿੱਟੀ ਨਾਲੋਂ ਹਲਕਾ ਹੁੰਦਾ, ਹੋ ਸਕਦਾ ਤੁਸੀਂ ਘਰ ਪਾਵੋ ਜੀ ਤੁਹਾਡੇ ਕੰਮ ਦੀ ਕੋਈ ਗੱਲ ਹੈ ਨਾ, ਕੋਈ ਤੁਸੀਂ ਘਰ ਪਾਉਣ ਵੇਲੇ ਹੈਲਪ ਹੋ ਜੇ, ਬਾਕੀ ਕੋਈ ਵੀ ਕਨਫਿਊਜ਼ਨ ਹੁੰਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਚਲੋ ਠੀਕ ਹੈ ਜੀ ਆਪਾਂ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।